ਦੇਖੀ ਆ ਨਾ ਅਟੈਂਡ ਕੀਤੀ। ਗੁਟਕਾ ਸਾਹਿਬ ਨੂੰ ਚੱਕ ਕੇ ਸੌਂ ਖਾਣਿਆ, ਨਸ਼ਿਆਂ ਦਾ ਕੰਮ ਹੈ, ਚਾਰ ਹਫ਼ਤਿਆਂ ਦੇ ਵਿੱਚ ਇਹਦੇ ਲੱਕ ਤੋੜ ਕੇ ਛੱਡੂਗਾ। ਸਾਰੇ ਬਸੋਂ ਕੇ ਪਰਮਿਟ ਇਨਕੇ, ਸਾਰੇ ਕੇਬਲ ਇਨਕੇ, ਪੰਜਾਬ ਕੋ ਚੂਸ ਲਿਆ ਬਾਦਲੋਂ ਨੇ 10 ਸਾਲ ਮੇ। ਨਾ ਇੱਥੇ ਟੋਪੀ ਵਾਲੇ ਦਿਲ ਤੁਹਾਡੇ ਪ੍ਰਤੀ ਦਰਦ ਹੈ, ਨਾ ਕਾਂਗਰਸੀਆਂ ਦੇ ਵਿੱਚ ਦਰਦ। ਦੇਸ਼ ਦੇਸ਼ ਬੈਠੇ ਸਾਰੇ ਦਰਸ਼ਕਾਂ ਦਾ ਹਮਦਰਦ ਟੀਵੀ ਤੇ ਹਾਰਦਿਕ ਸਵਾਗਤ। ਮੈਂ ਪਰਮਿੰਦਰ ਤੇਜਾ ਤੇ ਅਸੀਂ ਲੈ ਕੇ ਹਾਜ਼ਰ ਹਾਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਡਾ ਖਾਸ ਪ੍ਰੋਗਰਾਮ ਟਿਕਾਉਣਾ ਜਲਵਾ 2017 ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵਾਕਿਫ ਕਰਵਾਉਂਦੇ ਹਾਂ ਤੁਹਾਨੂੰ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਤੋਂ, ਵੱਖ ਵੱਖ ਨੇਤਾਵਾਂ ਤੋਂ। ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਵਿਧਾਨ ਸਭਾ ਹਲਕਾ ਲਹਿਰਾ ਗਾਗਾ ਦੇ ਵਿੱਚ ਤੇ ਸਾਡੇ ਨਾਲ ਨੇ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਤੇ ਲਹਿਰਾ ਗਾਗਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਰਜਿੰਦਰ ਕੌਰ ਪੱਠਲ ਜੀ। ਮੈਮ ਤੁਹਾਡਾ ਬਹੁਤ ਸਵਾਗਤ ਹੈ ਜੀ ਹਮਦਰਦ ਟੀਵੀ ਤੇ। ਬਹੁਤ ਧੰਨਵਾਦ। ਪਹਿਲਾ ਸਵਾਲ ਇਹ ਹੈ ਕਿ ਕਿਉਂਕਿ ਆਪਣੇ ਆਪ ਚ ਪਾਰਾ ਪੂਰਾ ਗਰਮਾਉਂਦਾ ਜਾ ਰਿਹਾ ਪੰਜਾਬ ਦੀ ਸਿਆਸਤ ਦਾ, ਤੇ ਕਿਵੇਂ ਤੁਹਾਡਾ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ? ਡੇ ਬਾਈ ਡੇ ਸਾਡਾ ਚੋਣ ਪ੍ਰਚਾਰ ਪੂਰਾ ਮਗ ਰਿਹਾ ਹੈ ਜੀ। ਸ਼ੁਰੂ ਅਸੀਂ ਦਫ਼ਤਰ ਖੋਲ੍ਹਣੇ ਆ ਕਰਨਾ ਹੈਗਾ, ਲੇਕਿਨ ਇਨ ਐਡਵਾਂਸ ਹੀ ਲੋਕਾਂ ਵਿੱਚ ਬੜੀ ਇਸ ਦੇ ਵਿੱਚ ਜੋਸ਼ ਹੈ ਅਤੇ ਖਰੋਸ਼ ਹੈ। ਕਾਂਗਰਸ ਪਾਰਟੀ ਦੇ ਲਈ ਇੱਕ ਪੂਰੀ ਵੇਵ ਵਾਲਾ ਅਸਰ ਬਣਦਾ ਜਾ ਰਿਹਾ ਜੀ। ਅੱਛਾ ਮੈਮ, ਜੇਕਰ ਲਹਿਰਾ ਗਾਗਾ ਹਲਕੇ ਦੀ ਗੱਲ ਕੀਤੀ ਜਾਵੇ, ਹੁਣ ਕਿਉਂਕਿ ਕਿਤੇ ਨਾ ਕਿਤੇ ਮੁਕਾਬਲਾ ਵੀ ਫਸਵਾਂ ਦਿਖਾਈ ਦੇ ਰਿਹਾ, ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਲਗਾਤਾਰ 3 ਵਾਰ ਸੁਨਾਮ ਤੋਂ ਜਿੱਤੇ ਨੇ, ਹੁਣ ਲਹਿਰਾ ਗਾਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਲੜ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਮੁਕਾਬਲਾ ਫਸਵਾਂ ਨਹੀਂ ਹੋ ਗਿਆ ਅਕਾਲੀ ਦਲ ਦੇ ਨਾਲ ਕਿਤੇ ਨਾ ਕਿਤੇ? ਸਵਾਲ ਬਿਲਕੁਲ ਫਸਵੇਂ ਦੀ ਨੇੜੇ ਤੇੜੇ ਵੀ ਨਹੀਂ ਗੱਲ ਹੈ, ਔਰ ਮੈਨੂੰ ਤਾਂ ਇਹ ਲੱਗਦਾ ਕਿ ਉਹਨਾਂ ਪੈਰਾਂ ਨਾਲ ਤਾਂ ਵਾਪਸ ਜਾਣਾ ਹੀ ਜਾਣਾ ਇਹਨਾਂ ਨੇ। ਸਾਡਾ ਲਹਿਰਾ ਗਾਗਾ ਹਲਕਾ ਦੀ ਇੱਕ ਪਰੰਪਰਾ ਹੈ, ਖਾਸ ਗੱਲ ਹੈ ਕਿ ਇਹ ਜਿਹੜਾ ਬਾਹਰੋਂ ਬੰਦਾ ਆਪਦਾ ਹਲਕਾ ਛੱਡ ਕੇ ਭੱਜ ਕੇ ਆਵੇ। ਹੁਣ ਪਤਾ ਤੁਹਾਨੂੰ ਪਰਮਿੰਦਰ ਢੀਂਡਸਾ ਦਾ ਨਾਂ ਸਾਡੇ ਲੋਕਾਂ ਨੇ ਕੀ ਲਿਖਿਆ? ਸੁਨਾਮੀ ਭਗੌੜਾ ਪਰਮਿੰਦਰ ਢੀਂਡਸਾ। ਸੁਨਾਮੀ ਤੋਂ ਉਹੀ ਤੂਫਾਨ ਹੁੰਦਾ, ਲੋਕ ਡਰਦੇ ਹੁੰਦੇ ਨੇਗੇ। ਉਹ ਲੋਕ ਸਮਝਦੇ ਨੇ ਵੀ ਜਿਹੜਾ ਖਜ਼ਾਨਾ ਮੰਤਰੀ ਹੋ ਕੇ ਜੀ, ਵਜ਼ੀਰ PWD ਮਿਨਿਸਟਰ ਹੋ ਕੇ ਅੱਜ ਜਿਹੜਾ ਆਪਣੇ ਹਲਕੇ 'ਚ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਕਰ ਸਕਦਾ, ਛੱਡ ਕੇ ਭੱਜ ਰਿਹਾ ਆਪਦੇ ਲੋਕਾਂ ਨੂੰ ਜਿਹਨਾਂ ਨੇ ਬਣਾਇਆ ਭੱਜ ਰਿਹਾ, ਅਤੇ ਉਹ ਸਾਡਾ ਕੀ ਕਰਦੂ? ਅਸੀਂ ਉਹਦੇ ਕੀ ਲੱਗਦੇ ਹਾਂ? ਅਸੀਂ ਤਾਂ ਫਿਰ ਵਗਾਉਂਦੇ ਹਾਂ, ਆਪਦਿਆਂ ਨੂੰ ਛੱਡ ਕੇ ਭੱਜ ਰਿਹਾ। ਇਹ ਚੀਜ਼ ਉਹਦੇ ਪੂਰੀ ਤਰ੍ਹਾਂ ਖਿਲਾਫ਼ ਜਾਂਦੀ ਹੈ। ਜਿੰਨੇ ਪਿੰਡਾਂ 'ਚੋਂ ਰੋਜ਼ ਜਾਂਦਾ, ਹਰ ਪਿੰਡ ਦੇ ਵਿੱਚ ਉਹਨੂੰ ਕਾਲੀਆਂ ਝੰਡੀਆਂ ਦਾ ਨਾਲ ਵੈਲਕਮ ਹੁੰਦਾ ਹੈਗਾ। ਹਾਂਜੀ, ਜੋ ਕੱਲ੍ਹ ਵੀ 5 ਪਿੰਡਾਂ 'ਚ ਗਿਆ, ਪਿੰਡਾਂ ਪਿੰਡਾਂ ਜਾ ਕੇ ਗੱਲ ਕੀਤੀ, ਇਹਨਾਂ ਨੂੰ ਇਹ ਡਰ ਲੱਗਦਾ ਸੀ ਕਿ ਅਸੀਂ ਖਾਲੀ ਪੈਸੇ ਦੇ ਜ਼ੋਰ 'ਤੇ ਕੀ ਕਰ ਲਵਾਂਗੇ, ਲੇਕਿਨ ਉਹ ਪੈਸਾ ਕਿਤੇ ਇਹਨਾਂ ਦੇ ਹੱਕ 'ਚ ਦਿਖਾਈ ਨਹੀਂ ਦੇ ਰਿਹਾ ਪੂਰੀ ਤਰ੍ਹਾਂ ਨਾਲ। ਮੈਂ ਸਮਝਦੀ ਹਾਂ ਕਿ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ, ਮੈਨੂੰ ਤਾਂ ਅੱਜ ਵੀ ਸਾਡੇ ਲੋਕ ਕਹਿ ਰਹੇ ਸੀ ਕਿ ਛੱਡ ਕੇ ਭੱਜੂਗਾ ਜੀ, ਤਾਂ ਇਹੋ ਜਿਹੀ ਗੱਲ ਲੱਗਦੀ ਹੈਗੀ, ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਨੇ। ਸੋ ਇਹਦੀ ਕੋਈ ਮੁਕਾਬਲੇ ਮੁਕਾਬਲੇ ਵਾਲੀ ਗੱਲ ਹੈ ਹੀ ਨਹੀਂ। ਅਸੀਂ ਇਹਨਾਂ ਨੇ ਕਿੱਦਾਂ ਦਾ ਸ਼ੁਰੂ ਕੀਤਾ ਵਾ, ਸਰਕਾਰ ਇਹਨਾਂ ਕੋਲ ਹੈ, ਪ੍ਰਚਾਰ ਇਹਨਾਂ ਕੋਲ ਹੈ, 1 ਸਾਲ ਤੋਂ ਲੱਗੇ ਹੋਏ ਆ, ਭੱਜੇ ਹੋਏ ਨੇ। ਲੋਕ ਇਹ ਸਵਾਲ ਕਰਦੇ ਆ ਕਿ 9.5 ਸਾਲ ਤਾਂ ਪਹਿਲਾਂ ਪੁੱਛਿਆ ਨਹੀਂ, ਹੁਣ 6 ਮਹੀਨੇ ਤੋਂ ਚੈੱਕਾਂ ਦਿਖਾਵਾ ਕਰਕੇ ਆਪਣਾ ਸਮਝਦੇ ਨੇ ਸਥਿਤ ਜਾਵਾਂਗੇ ਜੀ? ਸੋ ਇਸ ਕਰਕੇ ਅਸੀਂ ਅਜੇ ਸ਼ੁਰੂ ਹੁਣ ਕਰ ਰਹੇ ਹਾਂ, ਅਤੇ ਇਹਦੇ ਨਾਲ ਵੀ ਲੋਕਾਂ ਦੇ ਵਿੱਚ ਜੋਸ਼ ਖਰੋਸ਼ ਆ, ਆਓ ਜੀ ਆਓ ਜੀ ਆਓ ਜੀ, ਰੋਜ਼ ਸਾਨੂੰ ਧਰਮ ਨੇਮ ਕਰਕੇ ਸਾਡੇ ਆਪਣੇ ਨਾਲ ਤੁਰ ਰਹੇ ਨੇਗੇ। ਸੋ ਇਸ ਕਰਕੇ ਕੋਈ ਮੁਕਾਬਲੇ ਵਾਲੀ ਗੱਲ ਹੀ ਨਹੀਂ ਹੈਗੀ। ਇੱਥੇ ਆਉਣ ਵਾਲੇ ਦਿਨਾਂ ਸਾਡੀ ਫਿਜ਼ਾ ਅਤੇ ਬੇਬ ਜਿਹਨੂੰ ਆਪਾਂ ਕਹਿੰਦੇ ਹਾਂ, ਇੱਕ ਤੂਫਾਨ ਵਰਗੀ ਹਵਾ ਬਣ ਕੇ ਆ ਜਾਂਦੀ। ਅੱਛਾ, ਤੁਹਾਡੇ ਤੋਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਦੀ ਮੁਲਾਕਾਤ ਕਰਨ ਦਾ ਮੌਕਾ ਮਿਲਿਆ, ਅਤੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਵੱਲੋਂ 25 ਸਾਲਾਂ ਦੇ ਵਿੱਚ ਹਲਕੇ ਦਾ ਵਿਕਾਸ ਨਹੀਂ ਕੀਤਾ ਗਿਆ, ਸੜਕਾਂ ਦਾ ਮਾੜਾ ਹਾਲ ਹੈ, ਉਹਨਾਂ ਨੇ ਕਿਹਾ ਕਿ ਨਹਿਰੀ ਪਾਣੀ ਦੀ ਵੱਡੀ ਸਮੱਸਿਆ, ਅਤੇ ਉਹਨਾਂ ਨੇ ਪਰਮਿੰਦਰ ਢੀਂਡਸਾ ਨੇ 1 ਸਾਲ ਦੇ ਵਿੱਚ ਹਲਕੇ ਦਾ ਬਹੁਤ ਵਿਕਾਸ ਕੀਤਾ, ਇਹ ਉਹਨਾਂ ਦਾ ਕਹਿਣਾ। ਮੈਨੂੰ ਪਰਮਿੰਦਰ ਢੀਂਡਸਾ ਹਲਕੇ ਦੇ ਵਿੱਚ 1 ਕੰਮ ਕੀਤਾ ਦਿਖਾ ਦੇਵੇ, ਜਿੱਥੋਂ ਤੱਕ ਉਹ ਕਹਿ ਦਿੰਦਾ ਕਹਿ ਰਿਹਾ ਕਿ ਰਜਿੰਦਰ ਕੌਰ ਪੱਠਲ 25 ਸਾਲ, 25 ਸਾਲ ਤਾਂ ਬਹੁਤ ਦੂਰ ਦੀ ਗੱਲ ਹੈਗੀ ਹੈ। ਮੈਂ ਪਰਮਿੰਦਰ ਢੀਂਡਸੇ ਨੂੰ ਕਹਿੰਦੀ ਹਾਂ ਕਿ ਜਾਂ ਆਪਦੇ ਨਾਲ ਮੁਕਾਬਲਾ ਕਰ ਲਏ, ਜਾਂ ਪ੍ਰਕਾਸ਼ ਸਿੰਘ ਬਾਦਲ ਨਾ ਕਰ ਲਵੇ ਜੀ। ਅੱਜ ਇਸ ਲਹਿਰੇ ਗਾਗੇ ਹਲਕੇ ਵਿੱਚ 2 ਸਬ ਡਿਵੀਜ਼ਨਾਂ ਨੇ, ਜਿਹੜੀ ਸਭ ਤੋਂ ਪਹਿਲੀ ਸਬ ਡਿਵੀਜ਼ਨ ਆ, ਨਾਲ ਪਾਤੜਾਂ ਪੈਂਦਾ, ਹੋਰ ਪੈਂਦੇ ਆ, ਸਾਰੇ ਪੈਂਦੇ ਆ, ਇੱਥੇ ਮੈਂ ਮੋਨਕ ਵਿੱਚ ਬਣਵਾ ਕੇ ਦਿੱਤੀ, ਦੂਜੀ ਚੰਦੂ ਮਾਜਰੇ ਨੇ ਬਣਾਈ। ਪਰਮਿੰਦਰ ਢੀਂਡਸਾ ਦੱਸੇ ਕਿ ਇਹਨੇ ਕਿਹੜਾ ਕੰਮ ਕੀਤਾ ਹੈਗਾ, ਜਿਹੜੇ ਸਾਡੇ ਪੁਲ ਬਣੇ, ਸੜਕਾਂ ਬਣੀਆਂ, ਇੰਜੀਨੀਅਰਿੰਗ ਕਾਲਜ ਬਣੇ, ਸਾਡੇ ਦੂਜੇ ਡਿਗਰੀ ਕਾਲਜ ਬਣੇ, ਸਾਡੇ ਆਪਣੇ ਯੂਨੀਵਰਸਿਟੀ ਕੈਂਪਸ ਬਣੇ, ਉਹ ਸਾਰੇ ਰਜਿੰਦਰ ਕੌਰ ਪੱਠਲ ਨੇ ਬਣਾਏ ਹੈ। ਨਾ ਇਹ ਬਣਾ ਸਕਿਆ, ਨਾ ਇਹਨਾਂ ਦੇ ਪਿਤਾ ਜੀ ਜਿਹੜੇ ਵਾਰ ਵਾਰ ਪਾਰਲੀਮੈਂਟ 'ਚ ਖੜ੍ਹੇ ਹੋ ਕੇ ਰਾਜ ਸਭਾ ਦੇ ਮੈਂਬਰ ਬਣੇ, ਉਹਨਾਂ ਨੇ ਬਣਵਾਏ ਨੇ। ਪਰਮਿੰਦਰ ਸਿੰਘ ਢੀਂਡਸਾ ਨੂੰ ਮੈਂ ਕਹੂੰਗੀ ਜਾਂ ਤਾਂ ਆਪਣੀਆਂ ਅੱਖਾਂ ਦਾ ਇਲਾਜ ਕਰਾਵੇ, ਜਿਹੜੇ ਆ ਓਵਰ ਫਲਾਈ ਸਾਡੇ ਬ੍ਰਿਜ ਹੈਗੇ ਨੇ, ਜਿਹੜੇ ਫਲਾਈਓਵਰ ਬ੍ਰਿਜ ਨੇ, ਉਹਨਾਂ ਤੋਂ ਲੰਘਦੇ ਆ ਰੋਜ਼, ਜਿਹਨਾਂ ਨੂੰ ਪਤਾ ਕਿ ਮੇਰੀ ਲਿਆਂਦੇ ਵੇ ਨੇ। ਇਸ ਨਾਮ 'ਚ ਇੱਕ ਦੱਸਣ ਵੀ ਇੱਕ ਫਲਾਈਓਵਰ 10 ਸਾਲਾਂ ਜਿਹੜੀ ਇਹਨਾਂ ਸਰਕਾਰ ਰਹੀ ਹੈ, ਉਸ ਵਿੱਚ 1 ਵੀ ਫਲਾਈਓਵਰ ਬਣਾਇਆ ਹੋਵੇ, ਓਵਰ ਬ੍ਰਿਜ ਬਣਾਇਆ ਹੋਵੇ, ਨਹਿਰ ਦਾ ਵੱਡਾ ਪੁਲ ਬਣਾਇਆ ਹੋਵੇ, ਭਾਖੜੇ 'ਚੋਂ 1 ਥਾਂ 'ਤੇ 1 ਮੋਗੇ 'ਚ ਪਾਣੀ ਦਵਾਇਆ ਹੋਵੇ, ਕਿਸ ਤਰੀਕੇ ਨਾਲ ਮੈਂ ਵੀਡੀਓ ਬਲਾਕ, ਅੰਡਰਗਰਾਊਂਡ ਪਾਈਪਸ ਦਾ ਪਾਣੀ, ਭਾਖੜੇ 'ਚੋਂ ਨਾਲਾਂ, ਗ੍ਰਿਡ ਲਗਵਾਏ, ਇਹ ਸਾਰਾ ਕੁਝ ਬਣਾਇਆ। ਪਰਿੰਦਰ ਸਿੰਘ ਢੀਂਡਸਾ ਮੈਨੂੰ 1 ਗਣਾ ਦੇਵੇ, ਉਹਨਾਂ ਨੇ ਆਪਣੇ ਪੂਰੇ 10 ਸਾਲਾਂ ਵਿੱਚ ਕੋਈ ਸੁਨਾਮ 'ਚ ਬਣਾਇਆ ਹੋਵੇ ਜਾਂ ਲਹਿਰੇ 'ਚ ਬਣਾਇਆ ਹੋਵੇ। ਜਿਹੜੀਆਂ ਸੜਕਾਂ ਦੀ ਗੱਲ ਕਰ ਰਿਹਾ, ਇਹ ਸੜਕਾਂ ਤੋੜੀਆਂ ਕਿਹਨੇ ਹੈ?
ਅਕਾਲੀ ਦਲ ਨੇ ਤੋੜੀਆਂ। ਪ੍ਰਾਈਮ ਮਿਨਿਸਟਰ ਰੁਜ਼ਗਾਰ ਯੋਜਨਾ ਦੇ ਵਿੱਚੋਂ ਅਸੀਂ ਜਿਹੜਾ ਹੈਗਾ ਸੀਗਾ ਲੈ ਕੇ ਆਏ ਹਾਂ ਸਾਰੀਆਂ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਖੇਤਾਂ ਨੂੰ ਵੀ ਲਾਉਣੀਆਂ ਨੇ, ਜਿਹਦੇ ਅੱਜ ਨੀਂਹ ਪੱਥਰ ਰੱਖਦੇ ਨੇ। ਇਹ ਨੀਂਹ ਪੱਥਰਾਂ ਵਾਲੇ ਤਾਂ ਅਸੀਂ ਸ਼੍ਰੀਮਾਨ ਜੀ ਕਹਿ ਸਕਦੇ ਹਾਂ ਕਿ ਨੀਂਹ ਪੱਥਰਾਂ ਵਾਲੇ ਨੇ, ਪੈਸਾ ਸਾਡਾ ਲਿਆਂਦਾ ਪਿਆ। ਆਹ ਸਿਵਰੇਜ ਦੀਆਂ ਕਦੇ ਨਹੀਂ ਸਾਡਾ ਲਹਿਰਾ ਇੰਨਾ ਪੱਟਿਆ ਵਾ ਸੀ ਜਿੰਨਾ 10 ਸਾਲਾਂ ਵਿੱਚ ਇਹਨਾਂ ਨੇ ਪੱਟਿਆ ਹੈਗਾ। ਸਾਡੇ ਸੀਮਿੰਟ ਦੀਆਂ ਸੜਕਾਂ ਹੁੰਦੀਆਂ ਸੀ, ਇਸ ਤਰੀਕੇ ਨਾਲ ਅੱਜ ਇਹ ਸੜਕਾਂ ਨੂੰ ਪੱਟ ਕੇ ਜਿਹੜਾ ਸਿਵਰੇਜ ਦਾ ਪੈਸਾ ਸੀ ਲਿਆਂਦਾ, ਹੁਣ ਇਹਨਾਂ ਨੂੰ ਲਾਉਣਾ ਵੀ ਨਹੀਂ ਆਇਆ, ਉਹ ਸਾਰਾ ਲਹਿਰਾ ਪੱਟਿਆ ਪਿਆ। ਹਸਪਤਾਲ ਇੱਥੇ ਮੈਂ ਲੈ ਕੇ ਆਈ ਹਾਂ, ਹਸਪਤਾਲ ਲਿਆ ਕੇ ਸਾਰਾ ਮਸ਼ੀਨਰੀ ਲਿਆ ਕੇ ਜੋ ਸਾਨੂੰ ਘੋਪਣ ਚਾਹੀਦਾ ਸੀ ਉਹਦੇ 'ਚ ਐਗਰੀਮੈਂਟ ਹੁੰਦਾ ਕਿ ਸਟੇਟ ਗੌਰਮੈਂਟ ਨੇ ਸਟਾਫ ਦੇਣਾ, ਦਵਾਈਆਂ ਦੇਣੀਆਂ। 10 ਸਾਲਾਂ 'ਚ ਪਰਮਿੰਦਰ ਸਿੰਘ ਢੀਂਡਸਾ ਇੱਥੇ ਸਾਨੂੰ ਕੋਈ ਡਾਕਟਰ ਅਤੇ ਦਵਾਈਆਂ ਨਹੀਂ ਦੇ ਸਕਿਆ, ਜਿਹੜਾ ਇਹ ਕਹਿ ਰਿਹਾ ਮੈਂ ਕੀਤਾ। ਇਸ ਲਈ ਮੈਨੂੰ ਪਰਮਿੰਦਰ ਸਿੰਘ ਢੀਂਡਸਾ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਇਹਦੇ ਦਿਮਾਗ ਦੇ ਵਿੱਚ ਕੋਈ ਇਲਾਜ ਲੂਜ ਕਰਾਉਣ ਵਾਲਾ ਹੈ ਜਾਂ ਨਿਗਾਹ ਕਮਜ਼ੋਰ ਹੋ ਗਈ ਹੈ। ਜਿਹੜੇ ਰੋਜ਼ ਇਹ ਜਿਹੜੇ ਪ੍ਰੋਜੈਕਟ ਦੇਖਦਾ, ਮੈਨੂੰ ਇੱਕ ਗਿਣਾ ਦੇਵੇ, ਉਹ ਇਹਨੇ 10 ਸਾਲ 'ਚ ਕੀ ਕੀਤਾ। ਮੈਂ ਇਹ ਸਾਰੇ ਕੰਮ ਪਿਛਲੇ 5 ਸਾਲ ਜਿਹੜੇ 2002 ਤੋਂ 2007 ਤੱਕ ਕੀਤੇ ਆ 5 ਸਾਲਾਂ 'ਚ। ਜੇ 5 ਸਾਲਾਂ 'ਚ ਮੈਂ ਇੰਨੇ ਕੰਮ ਕਰ ਸਕਦੀ ਹਾਂ ਤਾਂ ਪਰਮਿੰਦਰ ਸਿੰਘ ਢੀਂਡਸਾ 10 ਸਾਲਾਂ 'ਚ ਕਿਉਂ ਨਹੀਂ ਕੰਮ ਕਰ ਸਕਦਾ? ਜੇ ਇਹਨੇ ਕੰਮ ਕੀਤੇ ਤਾਂ ਪਹਿਲਾਂ ਸਪਸ਼ਟੀਕਰਨ ਦੇ ਵਿੱਚ ਨਾਮ ਛੱਡ ਕੇ ਕਿਉਂ ਭੱਜ ਰਿਹਾ? ਮੈਂ ਤਾਂ ਭੱਜ ਕੇ ਜਾ ਨਹੀਂ ਰਹੀ, ਮੈਨੂੰ ਮੇਰੇ ਕੰਮਾਂ 'ਤੇ ਯਕੀਨ ਹੈ, ਮੇਰੇ ਲੋਕਾਂ ਨੂੰ ਕੰਮਾਂ ਦਾ ਯਕੀਨ ਹੈ। ਇਹ ਕਿਉਂ ਭੱਜ ਕੇ ਆ ਰਿਹਾ ਛੱਡ ਕੇ ਆਪਣਾ ਹਲਕਾ? ਇਹ ਤਾਂ ਪਹਿਲਾਂ ਇੱਕ ਸਬੂਤ ਪੇਸ਼ ਕਰਦਾ ਕਿ ਇਹਨੇ ਕੁਛ ਕੀਤਾ ਹੀ ਨਹੀਂ, ਤਾਂ ਹੀ ਛੱਡ ਕੇ ਭੱਜ ਰਿਹਾ ਇੱਥੇ ਆ ਕੇ। ਇਸ ਲਈ ਸਾਰਿਆਂ ਥਾਵਾਂ 'ਤੇ ਜਿਹੜੇ ਅਸੀਂ ਗੱਲ ਕੀਤੇ ਹੈ, ਸਾਡੀਆਂ ਸੜਕਾਂ ਜਿਹੜੀਆਂ ਬਣੀਆਂ ਹੈਗੀਆਂ, ਪਹਿਲੀ ਵਾਰ ਮੈਂ ਰੇਲਵੇ ਦੇ ਪੁਲ ਦੇ ਉੱਪਰ ਜਿਹੜਾ ਨਿਕਲਦਾ ਉਹ ਬਣਾ ਕੇ ਦਿੱਤਾ। ਇੱਧਰ ਲੰਘ ਕੇ ਆਉਂਗੇ ਜਿਹੜਾ ਹੈਗਾ ਅੰਡਰਬ੍ਰਿਜ ਬਣਿਆ, ਉਹ ਵੀ ਮੇਰਾ ਬਣਾਇਆ। ਬਾਹਰਲੇ ਪਾਸੇ ਓਵਰਬ੍ਰਿਜ ਉਹ ਬਣਾਇਆ ਮੇਰਾ। ਸਾਰੀਆਂ ਚੀਜ਼ਾਂ 'ਚ ਤਾਂ ਰੋਜ਼ ਇਹ ਗੱਡੀਆਂ ਘੁਮਾ ਕੇ ਲੰਘ, ਤਾਂ ਰਜਿੰਦਰ ਕੌਰ ਭੱਠਲ ਦੀਆਂ ਕੀਤੀਆਂ ਵੀ ਹੈ, ਇਹ ਪ੍ਰੂਫ ਤਾਂ ਕਰੇ। 227 ਵੱਡੇ ਕੰਮ ਪ੍ਰੋਜੈਕਟ ਜਿਹਨੂੰ ਕਹਿੰਦੀ ਹਾਂ ਮੈਂ, 227 ਕੀਤੇ ਆ 5 ਸਾਲਾਂ 'ਚ। ਇਹ ਮੈਨੂੰ ਇੱਕ 5ਵਾਂ ਹਿੱਸਾ ਹੀ ਦੱਸ ਦੇਵੇ ਕੀਤਾ, ਮੈਂ ਇਹਨੂੰ ਮੰਨ ਲਊਂਗੀ ਵੀ ਹਾਂ ਇਹ ਬੜਾ ਹੈਗਾ। ਹਲਕੇ ਦੇ ਲੋਕਾਂ ਨਾਲ ਸਾਡੀ ਗੱਲਬਾਤ ਹੋਈ ਹੈ, ਹਲਕੇ ਦੇ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਚੋਣਾਂ ਦੇ ਨੇੜੇ ਹਲਕੇ ਦੇ ਵਿੱਚ ਦਿਖਦੇ ਹੋ। ਮੈਂ ਮੇਰੇ ਕੰਮ ਦਿਸਦੇ ਨੇ, ਮੇਰਾ ਤਾਂ ਘਰ ਇੱਥੇ ਹੈ ਜੀ, ਮੈਂ ਖੁਸ਼ੀ ਗਮੀ 'ਚ ਵੀ ਆਉਣਾ, ਤਿਉਹਾਰਾਂ 'ਤੇ ਵੀ ਆਉਣਾ, ਹਮੇਸ਼ਾ ਇੱਥੇ ਰਹਿੰਦੀ ਹਾਂ। ਲੇਕਿਨ ਇਹ ਅੰਦਾਜ਼ਾ ਲਾ ਲਓ ਕਿ ਜੇ ਇਹ ਹਲਕੇ 'ਚ ਰਹਿਣ ਵਾਲਾ, ਇਹਨੇ ਆਪਦੇ ਕੋਈ ਕੰਮ ਕੀਤਾ ਹੀ ਨਹੀਂ ਵਿੱਚ ਰਹਿ ਕੇ, ਲੋਕਾਂ ਨੇ ਹਲਕੇ ਦੇ ਲੀਡਰ ਦੇ ਵਿੱਚ ਰਹਿਣ ਦੇ ਮੂੰਹ ਨਹੀਂ ਦੇਖਣਾ, ਉਹਨੇ ਕੰਮ ਦੇਖਣੇ ਹੈ। ਮੇਰੇ ਕੰਮ ਮੈਂ ਕਿਸੇ ਥਾਂ 'ਤੇ ਵੀ ਹਾਂ, ਕਿਉਂਕਿ ਜਿਸ ਤਰੀਕੇ ਦਾ ਬੰਦਾ ਆਪਣੀ ਲੀਡਰਸ਼ਿਪ ਦੇ ਉੱਤੇ ਜ਼ਿੰਮੇਵਾਰੀਆਂ ਨਿਭਾ ਰਿਹਾ ਹੁੰਦਾ, ਉਸ ਤਰੀਕੇ ਸਾਰੇ ਥਾਵਾਂ ਜਾਣਾ ਪੈਂਦਾ ਹੈਗਾ। ਮੈਂ ਕਦੇ ਵੀ ਆਉਂਦੀ ਹਾਂ, ਲੇਕਿਨ ਮੈਂ ਇਹ ਕਹਿੰਦੀ ਹਾਂ ਕਿ ਮੈਂ ਲੋਕਾਂ ਨੂੰ ਤਾਂ ਸਾਰੇ ਕੰਮ ਕਰਕੇ ਦਿਖਾਏ ਨੇ ਨਾ, ਲੋਕ ਤਾਂ ਕੰਮ ਹੀ ਚਾਹੁੰਦੇ ਆ ਐਮ ਐਲ ਏ ਤੋਂ, ਮੇਰੇ ਕੰਮਾਂ ਵਿੱਚ ਕੋਈ ਕਮੀ ਕੱਢ ਕੇ ਰੱਖ ਦੇਵੇ ਵੀ ਆ ਨਹੀਂ ਕੀਤੇ। ਜਾਂ ਕੋਈ ਮਿਸਾਲ ਹੈ, ਈਵਨ ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ ਲੈ ਲੈਣ, 5 ਸਾਲ ਦਾ ਮੇਰਾ ਅਤੇ ਚੀਫ ਮਿਨਿਸਟਰ ਦੇ ਕੰਮਾਂ ਦਾ ਮੁਕਾਬਲਾ ਕਰ ਲੈਣ, ਪਰਮਿੰਦਰ ਢੀਂਡਸਾ ਆਪਦਾ ਅਤੇ ਆਪਦੇ ਪਿਤਾ ਜੀ ਦਾ 5 ਸਾਲਾਂ ਦੇ ਕੰਮਾਂ ਦਾ ਮੁਕਾਬਲਾ ਕਰ ਲੈਣ, ਮੈਂ ਮੰਨ ਜੂੰਗੀ ਇਹਨਾਂ ਦੀ ਹੈਗੀ ਹੈ। ਇਸ ਕਰਕੇ ਆਉਣਾ ਜਾਣਾ ਰਹਿਣਾ ਮੇਰਾ ਤਾਂ ਇਹੀ ਹੈ, ਮੇਰੀ ਖੁਸ਼ੀ ਵੀ ਇੱਥੇ ਹੈ, ਮੇਰੀ ਗਮੀ ਵੀ ਇੱਥੇ ਹੈ, ਦੁੱਖ ਵੀ ਇੱਥੇ ਹੈ, ਸੁੱਖ ਵੀ ਇੱਥੇ ਹੈ। ਮੈਂ ਤਾਂ ਸਾਰਾ ਦਿਨ ਇੱਥੇ ਹਾਂ ਹੀ, ਹਮੇਸ਼ਾ ਹੀ ਰਹਿੰਦੀ ਹਾਂ। ਅਤੇ ਲੇਕਿਨ ਇਹ ਠੀਕ ਹੈ ਕਿ ਅੱਜ 10 ਸਾਲ ਦੀ ਸਰਕਾਰ ਨਹੀਂ ਸੀ ਸਾਡੀ, ਕਾਂਗਰਸ ਦੀ ਅਕਾਲੀਆਂ ਦੀ ਸਰਕਾਰ ਸੀ, ਇਹਨਾਂ ਨੇ ਆਪਣੇ ਜਥੇਦਾਰੀ ਸਿਸਟਮ ਬਣਾਇਆ ਵਾ ਸੀ, ਇਹਨਾਂ ਨੇ ਅਫਸਰ ਕਮਿਸ਼ਨਾਂ ਲੈ ਕੇ ਸਾਰੇ ਥਾਵਾਂ 'ਤੇ ਜਿਵੇਂ ਬੈਂਚ ਬਣਾਏ ਹੋਰ ਬਣਾਏ, ਇਹਨਾਂ ਨੇ ਹਰ ਥਾਵਾਂ 'ਤੇ ਇਹਨਾਂ ਕੋਲ ਸੱਤਾ ਵਾਲੇ ਜਿਹਨੂੰ ਕਹਿੰਦੇ ਜਿਸਕਾ ਰਾਜ ਸੀਗਾ ਤੇਜ ਕਿੰਨਾ ਸੀ, ਅਤੇ ਸਾਡੇ ਕਹਿਣ 'ਤੇ ਤਾਂ ਮੈਂ ਇੱਥੇ ਧਰਨੇ ਦੇਣ, ਮੇਰਾ ਮੁੰਡਾ ਆਇਆ 6 ਵਾਰੀ ਧਰਨੇ ਦੇ ਕੇ ਗਿਆ, ਮੈਂ ਹਸਪਤਾਲ ਵੇਲੇ ਆਈ ਹਾਂ, ਮੈਂ ਵਿਧਾਨ ਸਭਾ 'ਚ ਰੌਲਾ ਪਾ ਰਹੀ ਹਾਂ, ਮੇਰਾ ਮੁੰਡਾ ਇੱਥੇ ਰੌਲਾ ਪਾ ਰਿਹਾ, ਅਸੀਂ ਲੋਕਾਂ ਲਈ ਲੜ ਰਹੇ ਹਾਂ, ਅਸੀਂ ਦਿਖਾਵਾ ਨਹੀਂ ਕਰ ਰਹੇ ਕਿ ਤੁਹਾਡੇ ਕੋਲ ਖੜੇ ਹਾਂ। ਇਹ ਦੱਸਣ ਮੈਨੂੰ ਸ਼੍ਰੀਮਾਨ ਜੀ, ਜਿਨ੍ਹਾਂ ਨੂੰ ਹਰ ਪਿੰਡ ਦੇ ਵਿੱਚ ਜਿਵੇਂ ਇੱਥੇ ਚਿੱਟ ਫੰਡ ਕੰਪਨੀ ਦਾ ਅੱਜ ਰੌਲਾ ਪਿਆ, ਉੱਥੇ ਜਾ ਕੇ ਅੱਜ ਲੋਕਾਂ ਨੇ ਝੰਡੀਆਂ ਦੇ ਕੇ ਕਿ ਤੁਸੀਂ ਇੰਨੇ ਇਲਜ਼ਾਮ ਲਾਇਆ ਇਹਨਾਂ 'ਤੇ, ਤੁਸੀਂ 1,00,000 ਰੁਪਇਆ ਖਾ ਗਏ ਹੋ ਤਾਂ ਸਾਡੇ ਲੋਕਾਂ ਦੇ ਪੈਸੇ ਗਏ ਨੇ। ਇਹ ਜਵਾਬ ਦੱਸਣ ਢੀਂਡਸਾ ਜੀ ਆਪਦੇ ਪਿੰਡ ਦੇ ਵਿੱਚ ਜੀ ਉਭਾਲ ਦੇ ਵਿੱਚ ਕੱਲ੍ਹ 54-55 ਸਾਲ ਦਾ ਇੱਕ ਨੌਜਵਾਨ ਕੈਂਸਰ ਦਾ ਮਰੀਜ਼, ਪੈਸੇ ਲੈ ਲੈ ਕੇ ਉਧਾਰੇ ਮੰਗ ਮੰਗ ਕੇ ਕਰਜ਼ਾ ਸਿਰ ਚੜ੍ਹ ਗਿਆ, ਉਹਦੇ ਇਲਾਜ ਕਰਵਾਉਂਦੇ ਸੀ, ਹੋਇਆ ਨਹੀਂ, ਟੱਬਰ ਤੋਂ ਲੋਕ ਪੈਸੇ ਮੰਗਣਾਉਂਦੇ ਸੀ। ਉਭਾਲ ਢੀਂਡਸੇ ਦੇ ਪਿੰਡ ਦਾ ਬੰਦਾ ਇੱਕ ਮਰ ਗਿਆ, ਆਤਮ ਹੱਤਿਆ ਕਰ ਗਿਆ, ਜਿਹਨੂੰ ਕੋਈ ਦਵਾਈ ਦਾ ਇਲਾਜ ਨਹੀਂ। ਕੀ ਇਹ ਖਜ਼ਾਨਾ ਮੰਤਰੀ ਨੂੰ ਉਸ ਥਾਂ 'ਤੇ ਬੈਠੇ ਨੂੰ ਸ਼ਰਮ ਨਹੀਂ ਆਈ ਮਾੜੀ ਮੋਟੀ? ਕੱਲ੍ਹ ਇਹਦੀ ਕੋਠੀ ਦੇ ਮੂਹਰੇ ਇੱਕ ਬੰਦਾ ਮਰ ਗਿਆ ਕਿਸਾਨ ਯੂਨੀਅਨ ਜ਼ਹਿਰ ਪੀ ਕੇ, ਢੀਂਡਸੇ ਦੀ ਕੋਠੀ ਮੂਹਰੇ ਬੰਦੇ ਦਾ ਮਰਨਾ, ਢੀਂਡਸੇ ਦੇ ਪਿੰਡ ਵਿੱਚ ਬਿਨਾਂ ਇਲਾਜ ਤੋਂ ਇੱਕ ਬੰਦੇ ਨੇ ਖੁਦਕੁਸ਼ੀ ਕਰ ਲੈਣਾ, ਮੈਂ ਸਮਝਦੀ ਹਾਂ ਖਜ਼ਾਨਾ ਮੰਤਰੀ ਵਾਸਤੇ ਇੱਕ ਲਾਹਣਤ ਵਾਲੀ ਗੱਲ ਹੈ, ਅਤੇ ਉਹਦੇ ਪੋਲ ਖੋਲਦੀ ਹੈ ਕਿ ਇਹ ਕੋਈ ਕੰਮ ਕਰਨ ਦੇ ਵਿੱਚ ਕਾਬਲ ਨਹੀਂ ਅਤੇ ਨਾ ਇਹਨਾਂ ਨੇ ਕੁਛ ਕੀਤਾ ਹੈਗਾ। ਜੀ ਦਰਸ਼ਕੋ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਤਿਕੋਣਾ ਜਲਵਾ 2017, ਅਤੇ ਸਾਡੇ ਨਾਲ ਮੌਜੂਦ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ ਹਲਕਾ ਲਹਿਰਾ ਗਾਗਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਰਜਿੰਦਰ ਕੌਰ ਪੱਠਲ। ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ ਨੇ, ਫਿਲਹਾਲ ਇੱਥੇ ਰੁਕ ਰਹੇ ਛੋਟੀ ਜਿਹੀ ਬ੍ਰੇਕ ਲਈ, ਜਲਦ ਹਾਜ਼ਰ ਹੁੰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਪੰਜਾਬ ਵਿੱਚ ਐਡੀ ਵੱਡੀ ਰੈਲੀ,
ਦਿਲ ਤੁਹਾਡੇ ਪ੍ਰਤੀ ਦਰਦ ਹੈ ਨਾ ਕਾਂਗਰਸੀਆਂ ਦੇ ਦਰਦ ਹੈ।